ਜੀ ਮਿੱਤਰੋ ਕੀ ਹਾਲ ਚਾਲ ਨੇ ਹੋਰ ਜੀ ਕਿਵੇਂ ਸਭ ਵਧੀਆ ਠੀਕ ਹੋ ਅੱਜ ਆਪਾਂ ਬਣਾਉਣ ਲੱਗੇ ਰੋਟਾਵੇਟਰ ਠੀਕ ਹੈ ਜੀ ਇਹਦੇ ਵਾਸਤੇ ਆਪਾਂ ਪਲਾਸਟਿਕ ਸ਼ੀਟ ਲਵਾਂਗੇ ਪਲਾਸਟਿਕ ਸ਼ੀਟ ਆਪਾਂ ਕੱਟ ਲਈ ਆ ਠੀਕ ਹੈ ਜੀ ਆ ਪਲਾਸਟਿਕ ਸ਼ੀਟ ਤੁਸੀਂ ਆਪਣੇ ਸਾਹਮਣੇ ਜਿੰਨਾ ਤੁਹਾਨੂੰ ਤੁਸੀਂ ਰੋਟਾਵੇਟਰ ਬਣਾਉਣਾ ਉਹਦੀ ਕੱਟ ਸਕਦੇ ਹੋ ਠੀਕ ਹੈ ਜੀ ਅਤੇ ਇਹਦੇ ਰੋਟਾਵੇਟਰ ਬਣਾਉਣ ਵਾਸਤੇ ਆਪਾਂ ਰੋਡ ਲਈ ਆ ਜਿਹੜਾ ਆਪਣਾ ਸਾਈਕਲ ਨਹੀਂ ਹੁੰਦਾ ਸਾਈਕਲ ਦੇ ਟਾਇਰ ਉਹਦੇ 'ਚ ਆਪਾਂ ਕੱਢੀ ਆ ਇਹ ਅਤੇ ਇਹਦੀ ਪੱਤੀਆਂ ਬਣਾਉਣ ਵਾਸਤੇ ਆਪਾਂ ਹਾਂ ਕੋਈ ਵੀ ਤੁਸੀਂ ਇੱਦਾਂ ਦੀ ਕੈਨ ਲੈ ਸਕਦੇ ਹੋ ਇਹਦੀ ਪੱਤੀ ਆਪਾਂ ਇਸ ਤਰ੍ਹਾਂ ਇਹ 'ਚ ਲਗਾ ਲੈਣੀ ਆ ਠੀਕ ਹੈ ਜੀ ਅਤੇ ਫਿਰ ਆਪਾਂ ਇਹਨੂੰ ਇੱਥੇ ਖੁਰਾ ਕੱਢਾਂਗੇ ਉਹਦੀ ਆਪਾਂ ਇਹਨੂੰ ਲਗਾਵਾਂਗੇ ਦੇਖੋ ਜੀ ਆਪਾਂ ਹੋਲ ਕਰ ਲਿਆ ਵਾ ਠੀਕ ਆ ਆਪਾਂ ਉਹਨੂੰ ਬਣਾਉਣ ਵਾਸਤੇ ਗੇਅਰ ਮੋਟਰ ਲਵਾਂਗੇ ਇਹ ਗੇੜੀ ਨੂੰ ਘੁਮਾਊਗੀ ਗੇਅਰ ਮੋਟਰ ਲਾਉਣੀ ਤੁਸੀਂ ਗੇਅਰ ਮੋਟਰ ਲਗਾ ਦਿਓ ਅਗਰ ਤੁਸੀਂ ਇਸ ਤਰ੍ਹਾਂ ਦੇ ਗੇਅਰ ਲਗਾਉਣੇ ਆ ਉਹ ਵੀ ਲਗਾ ਦਿਓ ਤੁਹਾਡੀ ਮਰਜ਼ੀ ਠੀਕ ਹੈ ਜੀ ਆਪਾਂ ਇਹਨੂੰ ਲਗਾਉਂਦੇ ਹਾਂ ਆਪਾਂ ਉਰੇ ਇੱਦਾਂ ਉਰੇ ਲਗਾ ਲੈਣਾ ਆਪਾਂ ਇੱਕ ਹੋਰ ਪਲਾਸਟਿਕ ਸ਼ੀਟ ਲਈ ਹੈ ਜੀ ਫਿਰ ਚੁੱਕਣਾ ਉਹਨੂੰ ਆਪਣੇ ਆਪ ਇਸ ਤਰ੍ਹਾਂ ਚੁੱਕਾਉਣ ਆਪਾਂ ਇਹਦੇ ਮਗਰ ਸਪਰਿੰਗ ਲਗਾਵਾਂਗੇ ਠੀਕ ਹੈ ਜੀ ਉਹਦੇ ਲਗਾਉਣ ਵਾਸਤੇ ਆਪਾਂ ਉਹਦੇ ਰੀਫਲ ਲਾਏ ਨੇ ਛੋਟੇ ਛੋਟੇ ਜਿਹਦੇ ਆਪਾਂ ਕੋਈ ਵੀ ਤੁਸੀਂ ਤਾਰ ਲੈ ਕੇ ਇੱਦਾਂ ਉਹਦੀ ਦੀ ਜਿਹੜੀ ਉਹਨੇ ਲਗਾ ਕੇ ਜਦੋਂ ਆਪਾਂ ਮੋੜ ਦਾਂਗੇ ਉੱਪਰ ਨੂੰ ਅਤੇ ਜੀ ਸਪਰਿੰਗ ਲਗਾਵਾਂਗੇ ਠੀਕ ਆਪਾਂ ਇੱਕ ਪਲਾਸਟਿਕ ਸ਼ੀਟ ਲਵਾਂਗੇ ਠੀਕ ਹੈ ਜੀ ਉਹਨੂੰ ਇਸ ਤਰ੍ਹਾਂ ਉਹ ਲਗਾਵਾਂਗੇ ਪੈਨਸਲਾਂ ਮਾਰਕ ਕਰ ਲੈਂਦੇ ਹਾਂ ਠੀਕ ਹੈ ਜੀ ਕਿੱਥੇ ਆਪਣਾ ਸਟੋਂਦੀ ਫਿਰ ਆਪਾਂ ਲਗਾਉਂਦੇ ਹਾਂ ਉੱਥੇ ਆਪਾਂ ਕਰ ਲਿਆ ਆਪਾਂ ਇਹਨੂੰ ਲਗਾਉਂਦੇ ਹਾਂ ਇੱਕ ਉਰੇ ਇੱਕ ਉਰੇ ਠੀਕ ਹੈ ਜੀ ਰੋਟਾਵੇਟਰ ਆਪਣਾ ਬਣ ਗਿਆ ਜੀ ਲੈ ਕੇ ਮੋਟਰ ਨੂੰ ਬੰਦ ਕਰ ਦਿੰਦੇ
ਡਬਲ ਡਰਾਫਟ ਕੰਪਲੀਟ ਹੋ ਚੁੱਕੀ ਹੈ ਜੀ। ਠੀਕ ਹੈ ਜੀ, ਅਤੇ ਜਿਹੜੇ ਵੀਰਾਂ ਨੇ ਦੇਖਿਆ ਵੀਡੀਓ, ਬਹੁਤ ਬਹੁਤ ਧੰਨਵਾਦ। ਪਹਿਲੇ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਇੱਦਾਂ ਦੀ ਆਪਾਂ ਵਧੀਆ ਈਜ਼ੀ ਚੀਜ਼ਾਂ ਘਰ ਬਣਾਉਂਦੇ ਰਹਾਂਗੇ।